ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਸਾਡੀ ਦੁਆ ਸਾਡੇ ਭੈਣ ਵੀ ਨੂੰ ਅੱਲਾਹ ਤਾਲਾ ਖੁਸ਼ ਰੱਖੇ ਸ਼ਾਦੋ ਬਾਦ ਰੱਖੇ ਇਸੇ ਦੁਆ ਨਾਲ ਕਰਦੇ ਅੱਜ ਦੀ ਵੀਡੀਓ ਸ਼ੁਰੂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਸਾਡੇ ਭੈਣ ਵੀ ਮੇਰੇ ਚੈਨਲ ਅੱਜ ਵੀ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਅੱਜ ਵੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਬਟਨ ਲਾਜ਼ਮੀ ਪ੍ਰੈਸ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚਦੀ ਰਹੇ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ ਅੱਜ ਕੰਮ ਦੇ ਉੱਪਰ ਪਹੁੰਚ ਗਿਆ ਹੋਏ ਹਾਂ ਮੇਰੀ ਥੋੜ੍ਹੀ ਤਬੀਅਤ ਖਰਾਬ ਸੀਗੀ ਇਸ ਕਰਕੇ ਮੈਂ ਤਾਂ ਲੇਟ ਹੀ ਆਇਆ ਅਤੇ ਚਾਚੂ ਵੀ ਆ ਗਏ ਹੋਏ ਸੀਗੇ ਮੈਨੇ ਆਉਂਦਿਆਂ ਨੇ ਸਭ ਤੋਂ ਪਹਿਲੇ ਮਾਸ਼ਾਅੱਲਾ ਬਰਾਮਦੇ ਦੀ ਆਹ ਜਿਹੜੀ ਸਾਈਡ ਇਹ ਖੋਲ੍ਹ ਦਿੱਤੀ ਆ ਅਤੇ ਦੂਸਰੀ ਸਾਈਡਾਂ ਜਿਹੜੀਆਂ ਉਹ ਵੀ ਖੋਲ੍ਹਦੇ ਆ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਜੀ ਆਰਾਮ ਨਾਲ ਚਲੋ ਜਿਹੜਾ ਸੀਮਟ ਨਹੀਂ ਨਿਕਲਦਾ ਉਹ ਬਾਅਦ ਲਾ ਲਾਂਗੇ ਨਾਲੋਂ ਕੱਚਾ ਹੀ ਸੀਮਟ ਕਿਹੜਾ ਪੱਕਾ ਹੇਠ ਲੱਗੀ ਹੋਈ ਸੀ ਇੱਥੇ ਨਾਲ ਕਾਫੀ ਸਾਰੀ ਹੇਠ ਆ 300-400 ਹੇਠ ਲੱਗੀ ਹੋਈ ਇੱਥੇ ਅਤੇ ਕਹਿੰਦੇ ਵੀ ਇੱਦਾਂ ਕਰਦੇ ਜਿਹੜੀ ਹੇਠ ਲੱਗੀ ਹੋਈ ਨਾ ਇਹਨੂੰ ਚੱਲ ਨਾਲ ਲੱਗਦੀ ਵੀ ਵਿੱਚ ਲੱਗ ਜਾਏਗੀ ਇੱਥੇ ਚਲੋ ਜੀ ਅੱਕ ਬਾ ਫੱਟਾ ਵੀ ਉਤਾਰ ਲਓ ਯਾਰ ਜਾਂ ਨਜ਼ਰ ਇਹ ਫੱਟਾ ਵੀ ਉਤਾਰ ਲਓ ਫੜ ਕੇ ਉਤਾਰੋ ਫੜ ਕੇ ਫੜ ਕੇ ਹਿੱਲ ਗਿਆ ਫੱਟਾ ਮਾਸ਼ਾਅੱਲਾ ਜਿਹੜਾ ਦਰਾ ਸੀ ਇਹ ਸਾਈਡ ਵਾਲਾ ਦਰਵਾਜ਼ਾ ਸੀਗਾ ਇਹ ਵੀ ਖੁੱਲ ਗਿਆ ਅੱਗ ਵੀਰੇ ਫੱਟਾ ਕਿਰਾਏ ਦਾ ਨਾਲ ਲਗਾ ਦੇ ਆ ਫੱਟਾ ਇਹ ਪਿੱਛੇ ਰੱਖਿਆ ਜੀ ਨਾ ਜਿਹੜੇ ਟੁੱਟੇ ਅੱਗੇ ਲੱਗਦੇ ਅੱਗੇ ਲੱਗਦੇ ਰਹਿਣਗੇ ਜਿਹੜੀ ਇੱਟ ਆ ਉਹ ਅੱਗੇ ਲੱਗਦੇ ਉਹ ਟੁੱਟੇ ਪਿੱਛੇ ਲੱਗਦੇ ਰਹਿਣਗੇ ਬਸ ਇਹ ਡਿਸਾਈਡ ਕੀਤਾ ਸਭ ਤੋਂ ਪਹਿਲੇ ਜੀ ਕਿ ਜਿਹੜੀ ਇੱਟ ਪਈ ਹੋਈ ਨਾ ਸਾਡੇ ਕੋਲ ਅਸੀਂ ਆਹ ਦੁਆਰ ਦੇ ਉੱਪਰ ਲਾ ਦਈਏ ਇੱਥੇ ਜਦੋਂ ਬੱਚੇ ਇੱਧਰ ਆਉਂਦੇ ਆ ਘਰ ਉਹ ਇਸ ਛੋਟੀ ਦੁਆਰ 'ਤੇ ਚੜ੍ਹ ਕੇ ਫਿਰ ਵੱਡੀ 'ਤੇ ਚੜ੍ਹ ਜਾਂਦੇ ਆ ਅਤੇ ਉੱਪਰਲੀ ਸਾਈਡ ਨੀਵੀਂ ਉਸ ਸਾਈਡ ਨੇ ਗਿਰ ਜਾ ਪਿੱਛੇ ਅਗਰ ਰੱਖੋ ਤਾਂ ਨਾਲ ਨਾਲ ਉੱਤੇ ਚਲੇ ਜਾਓ ਤੁਹਾਨੂੰ ਦਿੰਦੇ ਆ ਇਹ ਜਿਹੜੇ ਪੈਪ ਅਤੇ ਕਿਤੇ ਸਾਰਿਆਂ ਨੂੰ ਪਾਣੀ ਲਾ ਦਈਏ ਉੱਥੇ ਲਾਹਦਾ ਪਾਣੀ ਸਾਰੇ ਮਨੇਰੇ ਨੂੰ ਲਾਤਾ ਚਲੋ ਮਾਸ਼ਾਅੱਲਾ ਇਹੀ ਫਾਇਦਾ ਹੁੰਦਾ ਜੀ ਆਪਣੇ ਬੰਦੇ ਦਾ ਚਲੋ ਮੇਰੀ ਤਬੀਅਤ ਖਰਾਬ ਸੀ ਮੈਂ ਥੋੜ੍ਹਾ ਲੇਟ ਇੱਥੇ ਪਹੁੰਚਿਆ ਕੰਮ 'ਤੇ ਅਤੇ ਮੇਰੇ ਆਉਂਦੇ ਨੂੰ ਕੰਮ ਸਟਾਰਟ ਹੋਇਆ ਸ਼ਾਬਾਸ਼ ਚੋਕੜੇ ਰੋੜੇ ਸਾਰੇ ਰੋੜੇ ਵੀ ਨਾਲ ਪਾਈ ਜੋ ਥੋੜ੍ਹੇ ਪਿੱਛੇ ਦਵਾ ਤਾਂ ਨਾਲ ਜੋੜੀਆਂ ਉਹਨੇ ਵਜਾਉਣੇ ਨਹੀਂ ਹੈਗੇ ਇਹ ਦੁਆਰ ਤੋਂ ਉੱਤੇ ਲੰਘ ਜਾਣੀ ਉਸ ਤੋਂ ਨਾ ਉਸ ਦੁਆਰ ਤੋਂ ਉੱਪਰ ਹੋ ਜਾਣੀ ਜਿਹੜੀ ਵੀ ਹਿੱਟ ਕਰ ਲਓ ਉੱਥੇ ਸਾਰੀ ਸਾਈਡ 'ਤੇ ਉਹ ਅਗਲੇ ਕੋਨੇ 'ਤੇ ਲਾਓ ਹਿੱਟ
ਫਿਰ ਮੈਂ ਕਿਹਾ ਚਲੋ ਜਿਹੜਾ ਕੰਮ ਮੁੱਕਦਾ ਉਹ ਹੀ ਚੰਗਾ ਆਪ ਨਾਲ ਲੱਗਦਾ ਵਾ ਬੈਠਣਾ ਵੀ ਸਕੂਨ ਨਹੀਂ ਹੈਗਾ चाय ला के मैं पहुंच गया हाँ इतने तो हरम और मैर मैं नाल ही लै आया इतने क्योंकि इन्होंने इन्हों की जी मम्मा माँ सी वह गई हुई है बाजार रजाई एक रजाई से एक गद्दा से भरा की भरा गई है रजाइया तो गद्दा भरा गई है हाँ जी रजाइया तो गद्दा भरा गई है चाय बना के देगी कहती खाना साहब मैं आने के पका लवानी कहते मैं हमने आ जाना वा चल ठीक है तुम फिर इतने रवो ना अपने घर हाँ जी हमने आ जाना पुत उन्होंने काम साढ़ा इधर से जी दवार असी ला रहे हुए तकरीबन एक बार आ जो लग गया हुआ वा एक जो ला रहे हुए उपर तो उस तो बाद एक बार उम्मीद बड़ी कि इस सेट के नाल होर लग जाना एक दो बार इस सेट के नाल लग जाएंगे बस लाने जो वार वार ला के तो उस तो बाद देखते हैं कि काम करना ये दवार तकरीबन अगर बार बाजार का हिसाब लाइए तो जी तकरीबन क्योंकि नीवी है थले बाजार के हिसाब ना तो 5 फुट दवार इतने हो गई है लेकिन इधरों उपर घर खड़िया हुआ जिनी वो डैम्प नीवा वा तेगा नीवा वा यह दवार इन्नी रहनी है अंदर घर के अंदर वाली सैड तो खड़िया हुआ तकरीबन 3 फुट हो गई है हाँ जी थोड़ी जेट सी ना देखो ना थोड़ी जेट सी तो बार काफ़ी बार लग गए हाँ जी इतों काफ़ी निकल आई ना जी कलब लगी हुई सी मैरे पुत तुम आ देखे ही नहीं गा देख लिया सोना हो गया हरम सोना हो गया पुत सोना हो गया अच्छा जी हरम कह रही है कि पापा सोना हो गया हाँ जी मम्मा ने मारिया सी अच्छा जी चलो जी सलाह खैर करे हो रहा काम
ਪਹਿਲੇ ਇਹ ਕੰਮ ਕਰਕੇ ਉਸ ਤੋਂ ਬਾਅਦ ਪੀਣੀ ਚਾਹੇ ਚਾਹੇ ਪੀ ਕੇ ਤੇ ਫਿਰ ਲਾਣੇ ਵਾਲਾ ਖਿਆਲ ਕਰੇ ਉੱਪਰ ਵਾਲੇ ਬਾਹਰ। ਅੱਛਾ ਜੀ ਦੀਵਾਰ ਮਾਸ਼ਾਅੱਲਾ ਸਾਡੀ ਇੱਥੇ ਤੱਕ ਹੋ ਗਈ ਆ, ਤਕਰੀਬਨ 3 ਫੁੱਟ ਲੱਗ ਗਈ ਆ। ਜਿਹੜੀ ਇੱਟ ਪਈ ਸੀ ਮੈਂ ਚਲੋ ਇਹ ਲੱਗ ਜਾਵੇ ਅਤੇ ਬਾਕੀ ਆ ਕਚਰੇ ਕਚਰੇ ਚੁੱਕ ਕੇ ਸਾਰੇ। ਇਹ ਮੇਰਾ ਵੀਰ ਬਾਹਰ ਨਾ ਰੋੜੀ ਦੇ ਉੱਤੇ ਸਿੜਦੇ ਚੱਕ ਕੇ, ਠੀਕ ਹੈ ਨਾ, ਜਗ੍ਹਾ ਸੋਹਣੀ ਬੜੀ ਪਤਲੀ ਕਰਦੇ ਹਾਂ ਬਾਅਦ ਵਿੱਚ। ਬਸ ਆਹ 5-7 ਇੱਟਾਂ ਬਚੀਆਂ ਵਾ ਅਤੇ ਬਾਅਦ ਵਿੱਚ ਦੇਖਾਂਗੇ। ਅੱਕ ਵੀ ਮਤਲਬ ਮਾਰਦੇ ਮਾੜੀ ਬੁੱਕਰ, ਹਾਂ ਬਸ ਇਹ ਮਾੜੀ ਬੁੱਕਰ ਮਾਰਦੇ ਅਤੇ ਜਿੰਨਾ ਵੀ ਟੋਟਾ ਹੈਗਾ ਸੀ ਸਾਰਾ ਇਸ ਦੀਵਾਰ ਦੇ ਉੱਪਰ ਲਾ ਦਿੱਤਾ ਸੀ। ਬਾਅਦ ਇਹਨੂੰ ਲੱਗੇ ਆ 1, 2, 3, 4, 5, 6, 7, 8, 9, 10, 11 ਵਾਰ ਲੱਗ ਗਏ ਸੀ। ਇਹਦੇ ਤੋਂ ਬੁਰਸ਼ ਮਾਰਦੇ ਹਾਂ ਔਰ ਕਰਦੇ ਹਾਂ ਦੂਸਰਾ ਕੰਮ ਸ਼ੁਰੂ। ਦੁਬਾਰਾ ਦੂਸਰੇ ਕੰਮ ਦੀ ਵੀਡੀਓ ਲੈ ਕੇ ਆਪਣੇ ਬੈਨ ਮੇਰੇ ਖਿਦਮਤ ਚਾਹਵਾਂਗੇ ਹਾਜ਼ਰ। ਇਹਦੇ ਨਾਲ ਹੀ ਚਾਹਵਾਂਗੇ ਇਜਾਜ਼ਤ, ਖੁਦਾ ਹਾਫਿਜ਼।